ਖਾਲਸਾ ਕਾਲਜ ਰੇਡੀਓ 90.8 FM ਸ੍ਰੀ ਅਨੰਦਪੁਰ ਸਾਹਿਬ 90.8 FM ਖਾਲਸਾ ਕਾਲਜ ਰੇਡੀਓ 90.8 FM ਸੁਣ ਰਹੇ ਸਾਰੇ ਸਰੋਤਿਆਂ ਦਾ ਮੈਂ ਵਰਿੰਦਰ ਸਿੰਘ ਬਹੁਤ ਬਹੁਤ ਸਵਾਗਤ ਕਰਦਾ ਹਾਂ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕਿਸੇ ਨਵੇਂ ਵਿਸ਼ੇ 'ਤੇ ਗੱਲ ਕਰਨ ਲਈ ਕੋਈ ਵਿਸ਼ੇਸ਼ ਮਹਿਮਾਨ ਆਪਣੇ ਸਟੂਡੀਓ ਵਿੱਚ ਬੁਲਾਉਂਦੇ ਹਾਂ, ਤਾਂ ਸਾਡੇ ਅੱਜ ਦੇ ਮਹਿਮਾਨ ਨੇ ਵਿਨੋਦ ਕੁਮਾਰ ਚੰਦਨ ਜੀ, ਜੋ ਕਿ ਇਤਿਹਾਸ ਵਿਭਾਗ ਨਾਲ ਰਿਲੇਟਡ ਹਨ। ਇਹ ਇਹਨਾਂ ਨੂੰ ਬੁਲਾਉਣ ਦਾ ਸਾਡਾ ਮੁੱਖ ਕਾਰਨ ਇਹੀ ਰਿਹਾ ਹੈ ਕਿ ਆਉਣ ਵਾਲਾ ਟਾਈਮ ਜਿਹੜਾ ਹੈ ਸਟੂਡੈਂਟਸ ਲਈ, ਉਹ ਪੇਪਰਾਂ ਦਾ ਟਾਈਮ ਹੈ, ਐਗਜ਼ਾਮ ਦਾ ਟਾਈਮ ਹੈ, ਅਤੇ ਉਹਦੇ ਵਿੱਚ ਹਾਊ ਟੂ ਪ੍ਰਿਪੇਅਰ ਐਗਜ਼ਾਮ, ਕਿਵੇਂ ਬੱਚੇ ਆਪਣਾ ਜਿਹੜਾ ਐਗਜ਼ਾਮ ਉਹ ਪ੍ਰਿਪੇਅਰ ਕਰਨ, ਕਿਵੇਂ ਤਿਆਰੀ ਕਰਨ ਉਹਦੀ, ਅਤੇ ਉਹਨਾਂ ਦਿਨਾਂ ਵਿੱਚ ਉਹਨਾਂ ਦਾ ਸ਼ਡਿਊਲ ਕਿਸ ਤਰ੍ਹਾਂ ਦਾ ਹੋਵੇ, ਕਿੰਨੇ ਟਾਈਮ 'ਤੇ ਉੱਠਣਾ, ਕਿਵੇਂ ਉੱਠਣਾ, ਕਿਵੇਂ ਸਿਹਤ ਦਾ ਵੀ ਧਿਆਨ ਰੱਖਣਾ, ਕਿਵੇਂ ਸਟ੍ਰੈਸ ਤੋਂ ਬਿਨਾਂ ਆਪਣੇ ਐਗਜ਼ਾਮ ਦੀ ਤਿਆਰੀ ਕਰਨੀ ਹੈ। ਤਾਂ ਸਾਡੇ ਕੋਲ ਅੱਜ ਹਾਜ਼ਰ ਨੇ ਵਿਨੋਦ ਕੁਮਾਰ ਚੰਦਨ ਜੀ, ਇਤਿਹਾਸ ਵਿਭਾਗ ਤੋਂ। ਤਾਂ ਅਸੀਂ ਸਭ ਤੋਂ ਪਹਿਲਾਂ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਧੰਨਵਾਦ ਵਰਿੰਦਰ ਸੰਧੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡੀ, ਤੁਸੀਂ ਇੱਥੇ ਆਉਣ ਦਾ ਸਾਨੂੰ ਮੌਕਾ ਦਿੱਤਾ ਅਤੇ ਆਪਣੇ ਵਿਚਾਰ ਜਿਹੜੀ ਰੱਖਣ ਲਈ ਸਾਨੂੰ ਸਮਾਂ ਦਿੱਤਾ, ਇਹਦੇ ਲਈ ਮੈਂ ਬਹੁਤ ਹੀ ਧੰਨਵਾਦੀ ਹਾਂ 90.8 ਖਾਲਸਾ ਕਾਲਜ ਰੇਡੀਓ ਸਟੇਸ਼ਨ ਜੀ ਦਾ। ਅਤੇ ਸਰ, ਜਿਸ ਵਿਸ਼ੇ 'ਤੇ ਅਸੀਂ ਅੱਜ ਗੱਲ ਕਰਨ ਲਈ ਇੱਥੇ ਆਏ ਹਾਂ, ਉਹ ਵਿਸ਼ਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਵਿਸ਼ਾ ਹੈ। ਹੁਣੇ ਹੁਣੇ ਯੂਨੀਵਰਸਿਟੀ ਦੀਆਂ ਸਮੈਸਟਰ ਪ੍ਰੀਖਿਆਵਾਂ ਵੀ ਲਗਭਗ ਮੁਕੰਮਲ ਹੋ ਚੁੱਕੀਆਂ ਹਨ ਅਤੇ ਜਾਂ ਹੋਣ ਵਾਲੀਆਂ ਹਨ, ਅਤੇ ਇਸ ਤੋਂ ਇਲਾਵਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਦੇਖਿਆ ਜਾਵੇ ਤਾਂ ਪ੍ਰੀਖਿਆਵਾਂ ਜਿਹੜੀਆਂ ਹੈ, ਚਾਹੇ ਉਹ ਘਰੇਲੂ ਪ੍ਰੀਖਿਆਵਾਂ ਹਨ ਚਾਹੇ ਉਹ ਸਮੈਸਟਰ ਦੀਆਂ ਪ੍ਰੀਖਿਆਵਾਂ ਹਨ, ਉਹ ਲਗਭਗ ਆਪਣੀਆਂ ਚੱਲਦੀਆਂ ਰਹਿਣੀਆਂ ਹਨ। ਸੋ ਉਸ ਤੋਂ ਇਲਾਵਾ ਸਕੂਲਾਂ ਦੇ ਵਿੱਚ ਵੀ ਇਸ ਸਮੇਂ ਆਪਾਂ ਦੇਖ ਰਹੇ ਹਾਂ ਕਿ ਜਿਹੜੇ ਬੋਰਡ ਦੇ ਇਗਜ਼ਾਮ ਹੈ, ਚਾਹੇ ਉਹ 10th ਕਲਾਸ ਹੈ ਚਾਹੇ ਉਹ ਪਲੱਸ 2 ਕਲਾਸ ਹੈ, ਉਹਨਾਂ ਦੇ ਜਿਹੜੇ ਇਗਜ਼ਾਮ ਹੈ ਉਹ ਜਲਦ ਹੀ ਲਗਭਗ 1 ਮਹੀਨੇ ਜਾਂ 15-20 ਦਿਨ ਦੇ ਅੰਦਰ ਅੰਦਰ ਸਟਾਰਟ ਹੋਣ ਜਾ ਰਹੇ ਹਨ। ਸੋ ਇਸ ਵਿਸ਼ੇ 'ਤੇ ਮੈਂ ਕੁਝ ਗੱਲਾਂ ਆਪ ਜੀ ਨਾਲ ਸਾਂਝੀਆਂ ਕਰਨ ਲਈ ਇਸ ਸਟੂਡੀਓ ਦੇ ਵਿੱਚ ਆਇਆਂ ਕਿ ਕਈ ਵਾਰ, ਕਿਉਂਕਿ ਇੱਕ ਤਾਂ ਉਮਰ ਜਿਹੜੀ ਹੈ, 10ਵੀਂ ਕਲਾਸ ਦੇ ਬੱਚੇ ਹੈ ਜਾਂ ਪਲੱਸ 2 ਕਲਾਸ ਦੇ ਬੱਚੇ ਹੈ, ਇੱਕ ਤਾਂ ਉਮਰ ਇਹਨਾਂ ਦੀ ਛੋਟੀ ਹੁੰਦੀ ਹੈ, ਮੈਚੋਰਟੀ ਜਿਹੜੀ ਹੈ ਇਹਨਾਂ ਦੇ ਅੰਦਰ ਘੱਟ ਹੁੰਦੀ ਹੈ, ਅਤੇ ਕਈ ਵਾਰ ਇਹ ਸਟ੍ਰੈਸ ਵੀ ਜ਼ਿਆਦਾ ਲੈ ਲੈਂਦੇ ਹਨ ਪੜ੍ਹਾਈ ਨੂੰ ਲੈ ਕੇ, ਅਤੇ ਬਹੁਤ ਸਾਰੀਆਂ ਐਸੀਆਂ ਗੱਲਾਂ, ਬਹੁਤ ਸਾਰੇ ਐਸੇ ਪਹਿਲੂ ਹਨ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਜਿਹੜੇ ਹੈ ਉਹ ਸਾਂਝੇ ਕਰਨਾ ਚਾਹਾਂਗਾ। ਅਤੇ ਸਭ ਤੋਂ ਪਹਿਲਾਂ ਤਾਂ ਮੈਂ ਇਹੀ ਗੱਲ ਕਰਾਂਗਾ ਕਿ ਸਾਨੂੰ ਪੜ੍ਹਾਈ ਜਿਹੜੀ ਹੈਗੀ ਹੈ, ਜਿਹੜੀ ਸਟੱਡੀ ਜਿਹੜੀ ਹੈ, ਉਹ ਸਾਡਾ ਮੇਨ ਮੋਟਿਵ ਹੈ, ਚਾਹੇ ਅਸੀਂ ਸਕੂਲ 'ਚ ਪੜ੍ਹਦੇ ਹਾਂ, ਚਾਹੇ ਅਸੀਂ ਕਾਲਜ ਵਿੱਚ ਪੜ੍ਹਦੇ ਹਾਂ, ਚਾਹੇ ਅਸੀਂ ਯੂਨੀਵਰਸਿਟੀ ਵਿੱਚ ਪੜ੍ਹਦੇ ਹਾਂ। ਪਰ ਅੱਜ ਦੇ ਯੁੱਗ ਦੇ ਵਿੱਚ, ਜਿਹੜਾ ਕਿ ਇੰਟਰਨੈੱਟ ਦਾ ਯੁੱਗ ਹੈ, ਮੋਬਾਈਲ ਦਾ ਯੁੱਗ ਹੈ, ਬਹੁਤ ਫਾਸਟ ਯੁੱਗ ਹੈ, ਇਸ ਯੁੱਗ ਦੇ ਵਿੱਚ ਆਪਾਂ ਇੱਕ ਗੱਲ ਤਾਂ ਸਾਰੇ ਚੰਗੀ ਤਰ੍ਹਾਂ ਭਲੀ ਭਾਂਤੀ ਜਾਣਦੇ ਹਾਂ ਕਿ ਵਿਦਿਆਰਥੀ ਵਰਗ ਸਾਡਾ ਜਿਹੜਾ ਹੈ ਉਹ ਪੜ੍ਹਾਈ ਤੋਂ ਸੱਖਣਾ ਹੁੰਦਾ ਜਾ ਰਿਹਾ, ਅਤੇ ਜ਼ਿਆਦਾਤਰ ਸਮਾਂ ਆਪਣਾ ਪੜ੍ਹਾਈ ਜਾਂ ਕਿਤਾਬਾਂ ਦੇ ਵਿੱਚ ਗੁਜ਼ਾਰਨ ਦੀ ਬਜਾਏ ਉਹ ਅੱਜ ਕੱਲ੍ਹ ਮੋਬਾਈਲ, TV ਜਾਂ ਇੰਟਰਨੈੱਟ 'ਤੇ ਗੁਜ਼ਾਰਨਾ ਜ਼ਿਆਦਾ ਪਸੰਦ, ਸਿਹਤ ਪੱਖੋਂ ਵੀ ਇਸੇ ਕਰਕੇ ਨਿਘਾਰ ਆ ਰਿਹਾ। ਅਤੇ ਆਪਾਂ ਦੇਖਦੇ ਹਾਂ ਅਕਸਰ ਬੱਚੇ ਕਈ ਵਾਰ ਜਦੋਂ ਫਿਰ ਪੇਪਰ ਨਜ਼ਦੀਕ ਆ ਜਾਂਦੇ ਹੈ ਅਤੇ ਇੱਕਦਮ ਤਣਾਅ ਦੇ ਵਿੱਚ ਆ ਕੇ, ਡਿਪਰੈਸ਼ਨ ਦੇ ਵਿੱਚ ਆ ਕੇ ਆਪਣੇ ਆਪ ਨੂੰ ਜਿਹੜੇ ਹੈ, ਕਈ ਵਾਰ ਸੁਸਾਈਡ ਤੱਕ ਦੇ ਕੇਸ ਵੀ ਸਾਨੂੰ ਦੇਖਣ ਦੇ ਵਿੱਚ ਸਾਹਮਣੇ ਆਉਂਦੇ ਹੈ ਕਿ ਬੱਚੇ ਨੇ ਪੇਪਰ ਵਧੀਆ ਨਾ ਹੋਣ ਕਰਕੇ ਆਤਮ ਹੱਤਿਆ ਕਰ ਲਈ, ਜਾਂ ਫਿਰ ਕਿਸੇ ਬੱਚੇ ਨੇ ਜਿਹੜਾ ਹੈ ਉਹ ਪੇਪਰਾਂ ਤੋਂ ਪਹਿਲਾਂ ਹੀ ਆਤਮ ਹੱਤਿਆ ਦਾ ਜਾਂ ਸੁਸਾਈਡ ਜਿਹੜੀ ਹੈ ਉਹ ਕਰ ਲਿਆ। ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਸਮਾਜ ਵਿੱਚ ਸਾਹਮਣੇ ਆਉਂਦੀਆਂ, ਕਿਉਂ ਅਸੀਂ ਪ੍ਰੀਖਿਆਵਾਂ ਦੇ ਲਈ ਜਿਹੜਾ ਹੈ ਉਹ ਤਿਆਰ ਨਹੀਂ ਹੁੰਦੇ ਪਹਿਲਾਂ ਤੋਂ, ਅੱਜ ਜਿਹੜੀ ਅਸੀਂ ਮੇਨ ਜਿਸ ਵਿਸ਼ੇ 'ਤੇ ਗੱਲ ਕਰਨੀ ਹੈ ਉਹ ਇਹੀ ਹੈ ਕਿ ਵਿਦਿਆਰਥੀ ਜਿਹੜੀਆਂ ਪ੍ਰੀਖਿਆਵਾਂ ਹੈ, ਚਾਹੇ ਉਹ ਸਾਡੇ ਘਰੇਲੂ ਇਗਜ਼ਾਮ ਹੈ, ਚਾਹੇ ਉਹ ਸਾਡੇ ਜਿਹੜੇ ਹੈ ਯੂਨੀਵਰਸਿਟੀ ਦੇ ਇਗਜ਼ਾਮ ਹੈ, ਚਾਹੇ ਹੁਣ ਸਕੂਲਾਂ ਦੇ ਬੋਰਡ ਦੇ ਇਗਜ਼ਾਮ ਹੈ, ਪਰ ਮੈਂ ਵਿਸ਼ੇਸ਼ ਤੌਰ 'ਤੇ ਜਿਹੜੀ ਅੱਜ ਗੱਲ ਕਰਨ ਜਾ ਰਿਹਾ ਉਹ ਮੈਂ ਜਿਹੜੇ ਬੋਰਡ ਦੇ ਇਗਜ਼ਾਮ ਫਰਵਰੀ ਔਰ ਮਾਰਚ ਦੇ ਵਿੱਚ 10ਵੀਂ ਅਤੇ 12ਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਦੇ ਹੋਣ ਜਾ ਰਹੇ ਹੈ, ਉਹਨਾਂ ਨਾਲ ਸੰਬੰਧਿਤ ਜਿਹੜੀ ਹੈ ਗੱਲ ਜਿਹੜੀ ਕਰਨ ਦੇ ਲਈ, ਮੈਂ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਉਹਨਾਂ ਬੱਚਿਆਂ ਦੇ ਨਾਲ, ਉਹਨਾਂ ਦੇ ਅਧਿਆਪਕਾਂ ਦੇ ਨਾਲ ਅਤੇ ਉਹਨਾਂ ਵਿਦਿਆਰਥੀਆਂ ਅਤੇ ਉਹਨਾਂ ਦੇ ਪੇਰੈਂਟਸ ਦੇ ਨਾਲ ਜਿਹੜਾ ਹੈ ਉਹ ਕਰਨਾ ਚਾਹੁੰਦਾ, ਤਾਂ ਕਿ ਉਹਨਾਂ ਤੱਕ ਇਹ ਗੱਲਾਂ ਜਿਹੜੀਆਂ ਹੈ ਉਹ ਪਹੁੰਚਣ ਅਤੇ ਉਹ ਚੰਗੇ ਤਰੀਕੇ ਦੇ ਨਾਲ ਆਪਣੀ ਸਟੱਡੀ ਨੂੰ ਕਰ ਸਕਣ। ਸਮਾਂ ਤਾਂ ਤੁਹਾਨੂੰ ਵਰਿੰਦਰ ਜੀ ਪਤਾ ਹੀ ਹੈ, ਬਹੁਤ ਘੱਟ ਰਹਿ ਗਿਆ ਹੈ, 1 ਜਾਂ 1.5 ਮਹੀਨੇ ਦਾ ਸਮਾਂ ਹੈ, ਜਦਕਿ ਵਿਦਿਆਰਥੀ ਨੇ ਤਿਆਰੀ ਤਾਂ ਸਭ ਤੋਂ ਪਹਿਲਾਂ ਸਟਾਰਟਿੰਗ 'ਤੇ ਹੀ ਕਰਨੀ ਹੁੰਦੀ ਹੈ। ਹਾਂਜੀ ਸਰ, ਮੈਂ ਉਹੀ ਇਸ ਦੇ ਨਾਲ ਹੀ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਜਿਵੇਂ ਹੁਣ ਸਮਾਂ ਬਹੁਤ ਘੱਟ ਰਹਿ ਗਿਆ, ਇਸ ਵਿੱਚ ਬੱਚੇ ਆਪਣੇ ਟਾਈਮ ਟੇਬਲ
ਕਿਵੇਂ ਆਪਣਾ ਬਣਾਉਣ, ਕਿਵੇਂ ਹੁਣ ਥੋੜ੍ਹੇ ਟਾਈਮ ਵਿੱਚ ਆਪਣੇ ਸਾਰਾ ਸਿਲੇਬਸ ਕੰਪਲੀਟ ਕਰਕੇ ਜਿਹੜਾ ਐਗਜ਼ਾਮ ਵਿੱਚ ਵਧੀਆ ਐਗਜ਼ਾਮ ਕਰ ਸਕਣ, ਇਹਦੀ ਤਿਆਰੀ ਕਿਵੇਂ ਕਰ ਸਕਣ, ਉਹਦੇ ਬਾਰੇ ਤੁਸੀਂ ਦੱਸੋ। ਜਿੰਦਰ ਜੀ, ਇਹਦੇ ਟਾਈਮ ਟੇਬਲ ਦੀ ਆਪਾਂ ਗੱਲ ਕਰੀਏ ਤਾਂ ਟਾਈਮ ਟੇਬਲ ਦੇ ਵਿੱਚ ਸਭ ਤੋਂ ਵੱਡੀ ਗੱਲ ਜਿਹੜੀ ਹੈ ਉਹ ਇਹ ਹੈ ਕਿ ਸਾਨੂੰ ਇਸ ਸਮੇਂ ਦੇ ਦੌਰਾਨ ਇੱਕ ਵੱਖਰਾ ਟਾਈਮ ਟੇਬਲ ਬਣਾਉਣ ਦੀ ਜ਼ਰੂਰਤ ਹੈ। ਉਹ ਟਾਈਮ ਟੇਬਲ ਨਹੀਂ ਚੱਲਣਾ ਜਿਹੜਾ ਪਹਿਲਾਂ ਦੇ ਸ਼ੁਰੂ ਤੋਂ ਹੀ ਜਿਹੜਾ ਹੈ ਉਹ ਚੱਲ ਰਿਹਾ। ਉਹ ਟਾਈਮ ਟੇਬਲ ਇਸ ਸਮੇਂ ਦੇ ਵਿੱਚ ਆ ਕੇ ਖਤਮ ਹੋ ਜਾਂਦਾ। ਉਹ ਉਹਨਾਂ ਵਿਦਿਆਰਥੀਆਂ ਲਈ ਹੈ ਜਿਹੜੇ ਸ਼ੁਰੂ ਤੋਂ ਸਿਲਸਿਲੇਵਾਰ ਤਰੀਕੇ ਨਾਲ ਸਟੱਡੀ ਕਰਨਾ ਚਾਹੁੰਦੇ ਹੈ। ਜਿਹੜਾ ਇਸ ਸਮੇਂ ਦਾ ਟਾਈਮ ਟੇਬਲ ਬਣਨਾ ਹੈ ਉਹ ਟਾਈਮ ਟੇਬਲ ਇੱਕ ਵੱਖੋ ਵੱਖਰੇ ਤਰੀਕੇ ਦਾ ਜਿਹੜਾ ਹੈ ਉਹ ਸਾਨੂੰ ਅਖਤਿਆਰ ਕਰਨਾ ਪੈਣਾ। ਉਹਦੇ ਵਾਸਤੇ ਸਭ ਤੋਂ ਪਹਿਲੇ ਜ਼ਰੂਰੀ ਗੱਲ ਇਹ ਹੈ ਕਿ ਅਸੀਂ ਇਹ ਦੇਖੀਏ ਕਿ ਕਿਹੜੇ ਵਿਸ਼ੇ ਜਿਹੜੇ ਹੈ ਉਹਨਾਂ ਦੀ ਸਾਲ ਦੇ ਵਿੱਚ ਸਾਡੀ ਕਿੰਨੀ ਕੁ ਤਿਆਰੀ ਜਿਹੜੀ ਹੋ ਚੁੱਕੀ ਹੈ ਅਤੇ ਕਿਹੜੇ ਵਿਸ਼ੇ ਬੇਹੱਦ ਐਸੇ ਕਮਜ਼ੋਰ ਹਨ ਕਿ ਜਿਨ੍ਹਾਂ ਦੀ ਹਜੇ ਅਸੀਂ ਬਹੁਤੀ ਤਿਆਰੀ ਜਾਂ ਅਸੀਂ 60% ਜਾਂ 70% ਤੱਕ ਵੀ ਨਹੀਂ, 50% ਤੱਕ ਵੀ ਨਹੀਂ ਪਹੁੰਚ ਸਕੇ। ਸਾਨੂੰ ਉਹਨਾਂ ਵਿਸ਼ਿਆਂ ਨੂੰ ਜਿਹੜਾ ਹੈ ਸਭ ਤੋਂ ਪਹਿਲਾਂ ਅੱਗੇ ਰੱਖਣਾ ਪੈਣਾ। ਅਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਟਾਈਮ ਟੇਬਲ ਜਿਹੜਾ ਹੈ ਇਸ ਸਮੇਂ ਦੇ ਦੌਰਾਨ ਜਿਹੜਾ ਟਾਈਮ ਟੇਬਲ ਬਣਾਇਆ ਜਾਣਾ ਹੈ ਉਸ ਟਾਈਮ ਟੇਬਲ ਦੇ ਵਿੱਚ ਅਸੀਂ ਜਿਹੜੇ ਵਿਸ਼ੇ ਬਹੁਤ ਜ਼ਿਆਦਾ ਔਖੇ ਲੱਗਦੇ ਆ ਸਾਨੂੰ, ਉਹਨਾਂ ਨੂੰ ਸਾਨੂੰ ਵੱਧ ਤੋਂ ਵੱਧ ਜਿਹੜੀ ਹੈ, ਵੈਸੇ ਤਾਂ ਹਮੇਸ਼ਾ ਹੀ ਸਰ ਸਾਨੂੰ ਇਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਥਾਂ ਦੇਣੀ ਚਾਹੀਦੀ ਹੈ, ਪਰ ਮੈਂ ਇਹ ਸਪੈਸ਼ਲ ਜਿਹੜੀ ਹੈ ਵਿਦਿਆਰਥੀਆਂ ਨੂੰ ਗੁਜ਼ਾਰਿਸ਼ ਕਰਾਂਗਾ ਕਿ ਇਸ ਸਮੇਂ ਦੇ ਦੌਰਾਨ ਵੱਧ ਤੋਂ ਵੱਧ ਸਮਾਂ ਉਹਨਾਂ ਵਿਸ਼ਿਆਂ ਨੂੰ ਦਿਓ ਜਿਨ੍ਹਾਂ ਨੂੰ ਤੁਸੀਂ ਸਾਰਾ ਸਾਲ ਟੱਚ ਕਰਨ ਤੋਂ ਰਹਿ ਚੁੱਕੇ ਹੋ। ਅਤੇ ਇਸ ਤੋਂ ਇਲਾਵਾ ਇਸ ਸਮੇਂ ਜਿਹੜੇ ਅਧਿਆਪਕ ਹੈ ਉਹਨਾਂ ਨੂੰ ਵੀ ਆਪਣੇ ਸਕੂਲ ਦੇ ਵਿੱਚ ਉਹਨਾਂ ਜਿਹੜੇ ਵਿਦਿਆਰਥੀ ਵਿਸ਼ਿਆਂ ਦੇ ਵਿੱਚ ਵੀਕ ਹੈ ਉਹਨਾਂ ਵਾਸਤੇ ਵੀ ਸਮਾਂ ਜਿਹੜਾ ਦੇਣਾ ਚਾਹੀਦਾ, ਪਲੱਸ ਪੇਰੈਂਟਸ ਦਾ ਵੀ ਫਰਜ਼ ਬਣਦਾ ਕਿ ਉਹ ਵੀ ਆਪਣੇ ਬੱਚਿਆਂ ਦੇ ਜਿਹੜੇ ਟਾਈਮ ਟੇਬਲ ਬਣਾਉਣ ਦੇ ਵਿੱਚ ਜਿਹੜੀ ਮਦਦ ਕਰਨ, ਕਿਉਂਕਿ ਜੇ ਮਾਪੇ ਅਤੇ ਅਧਿਆਪਕ ਮਿਲ ਕੇ ਕੰਮ ਕਰਨਗੇ ਤਾਂ ਇੱਕ ਨਰੋਏ ਵਿਦਿਆਰਥੀ ਦੀ ਜਿਹੜੀ ਹੈ ਅਤੇ ਨਰੋਏ ਸਮਾਜ ਦੀ ਜਿਹੜੀ ਸਿਰਜਣਾ ਉਹ ਕੀਤੀ ਜਾ ਸਕਦੀ। ਮੈਨੂੰ ਲੱਗਦਾ ਸਰ ਵੀ ਜਿਵੇਂ ਬੱਚੇ ਤੁਸੀਂ ਬੋਲਿਆ ਕਿ ਕਾਫੀ ਕੇਸਿਸ ਇਵੇਂ ਦੇ ਆਉਂਦੇ ਆ ਕਿ ਬੱਚੇ ਸੁਸਾਈਡ ਦਾ ਕਮਿਟ ਕਰ ਲੈਂਦੇ ਆ, ਉਹਨਾਂ ਤੋਂ ਜਿਹੜੇ ਬੱਚੇ ਇਵੇਂ ਦੀ ਟੈਨਸ਼ਨ ਲੈ ਲੈਂਦੇ ਆ, ਅਤੇ ਮੈਨੂੰ ਲੱਗਦਾ ਵੀ ਪੇਰੈਂਟਸ ਨੂੰ ਵੀ ਚਾਹੀਦਾ ਵੀ ਆਪਣੇ ਬੱਚੇ ਦਾ ਧਿਆਨ ਰੱਖਣ ਇਹਨਾਂ ਦੇ ਦਿਨਾਂ ਵਿੱਚ, ਜਾਂ ਉਹਨਾਂ ਨੂੰ ਉਹ ਨਾਲ ਨਾਲ ਆਪਣੇ ਬੱਚੇ ਨੂੰ ਗਾਈਡ ਕਰੀ ਜਾਣ ਪੜ੍ਹਾਈ ਦੇ ਨਾਲ, ਤਾਂ ਜੋ ਲਾਸਟ ਤੱਕ ਆਉਂਦੇ ਉਹਨਾਂ ਕੋਲ ਇੰਨਾ ਸਟ੍ਰੈਸ ਨਾ ਹੋ ਜਾਵੇ ਜਿਹੜੀਆਂ ਉਹ ਇਹਨਾਂ ਚੀਜ਼ਾਂ ਨੂੰ ਕਰਨ ਵਿੱਚ ਵੀ ਉਹ ਇਹੋ ਜਿਹੇ ਕਦਮ ਚੁੱਕਣ। ਬਿਲਕੁਲ ਸਹੀ ਸਰ ਤੁਸੀਂ ਜਿਹੜੀ ਹੈ ਉਹ ਕੁਐਸਚਨ ਕੀਤਾ ਹੈ, ਮੈਂ ਇਹਦਾ ਜਵਾਬ ਵੀ ਤੁਹਾਨੂੰ ਦਿਨਾਂ ਇਹਦੇ ਵਿੱਚ ਸ਼ਬਦਾਂ ਦੇ ਵਿੱਚ। ਉਹ ਕਹਿਣ ਦਾ ਮਤਲਬ ਤੁਸੀਂ ਆਪਣੀ ਜਗ੍ਹਾ ਬਿਲਕੁਲ ਸਹੀ ਕਹਿ ਰਹੇ ਹੈ ਕਿ ਅਧਿਆਪਕਾਂ ਨੂੰ ਜਾਂ ਜਿਹੜੇ ਮਾਪੇ ਆ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਸ਼ੁਰੂ ਦੇ ਵਿੱਚ, ਤਾਂ ਕਿ ਬੱਚੇ ਇਹਨਾਂ ਦਿਨਾਂ ਦੇ ਵਿੱਚ ਕਿਉਂ ਸਟ੍ਰੈਸ ਆ ਜਾਂਦੇ ਆ, ਲਾਸਟ ਦੇ ਵਿੱਚ ਕਿਉਂ ਇਸ ਤਰ੍ਹਾਂ ਦੀਆਂ ਸੁਸਾਈਡ ਜਾਂ ਹੋਰ ਕਦਮ ਐਸੇ ਚੁੱਕ ਲੈਂਦੇ ਆ ਜਿਹੜੇ ਕਿ ਉਹਨਾਂ ਦੀ ਜ਼ਿੰਦਗੀ ਦੇ ਲਈ ਬੜੇ ਖਤਰਨਾਕ ਹੁੰਦੇ ਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਮਾਪਿਆਂ ਨੂੰ, ਵਿਦਿਆਰਥੀਆਂ ਨੂੰ ਜਿਹੜਾ ਹੈ, ਜਾਂ ਆਪਣੇ ਬੱਚਿਆਂ ਨੂੰ ਜਿਹੜਾ ਅਧਿਆਪਕ ਨੂੰ ਅਤੇ ਮਾਪਿਆਂ ਨੂੰ ਦੋਨਾਂ ਨੂੰ, ਆਪਣੇ ਵਿਦਿਆਰਥੀਆਂ ਨੂੰ ਅਤੇ ਆਪਣੇ ਬੱਚਿਆਂ ਨੂੰ ਡਰਾਉਣ ਦੀ ਬਜਾਏ ਉਹਨਾਂ ਦੇ ਵਿੱਚ ਹੌਸਲਾ ਅਫਜਾਈ ਉਹਨਾਂ ਦੀ ਜਿਹੜੀ ਆ ਉਹ ਕਰਨੀ ਚਾਹੀਦੀ, ਉਹਨਾਂ ਵਿੱਚ ਹੌਸਲਾ ਭਰਨਾ ਚਾਹੀਦਾ, ਤਾਂ ਕਿ ਬੇਸ਼ੱਕ ਸਾਨੂੰ ਪਤਾ ਹੈ ਕਿ ਇਸ ਵਿਦਿਆਰਥੀ ਨੇ ਸਾਰਾ ਸਾਲ ਮਿਹਨਤ ਨਹੀਂ ਕੀਤੀ, ਪਰ ਫਿਰ ਵੀ ਸਾਨੂੰ ਇਹਨਾਂ ਦਿਨਾਂ ਦੇ ਵਿੱਚ ਆ ਕੇ ਉਹਨੂੰ, ਇੱਕ ਤਾਂ ਉਹ ਪਹਿਲਾਂ ਹੀ ਸਟ੍ਰੈਸ ਦੇ ਵਿੱਚ ਹੈ ਕਿ ਮੈਂ ਜਿਹੜਾ ਹੈ ਸਾਰਾ ਸਾਲ ਮਿਹਨਤ ਨਹੀਂ ਕੀਤੀ ਅਤੇ ਮੈਂ ਬਹੁਤ ਕਮਜ਼ੋਰ ਹੈ ਵਿਸ਼ਿਆਂ ਦੇ ਵਿੱਚ, ਆਪਾਂ ਉਹਨੂੰ ਹੌਸਲਾ ਦੇਣ ਦੀ ਬਜਾਏ ਉੱਤੋਂ ਉਹਨੂੰ ਨਲਾਇਕ ਕਹਿ ਕੇ ਜਾਂ ਉਹਨੂੰ ਤਾਨੇ ਮਾਰ ਕੇ ਜਾਂ ਹੋਰ ਬਹੁਤ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਅਸੀਂ ਉਹਨੂੰ ਨਿਰਾਸ਼ ਕਰ ਦਈਏ ਤਾਂ ਕਈ ਵਾਰ ਵਿਦਿਆਰਥੀ ਜਿਹੜਾ ਹੈ ਆਪਣੇ ਆਪ ਹੀ ਆਤਮ ਹੱਤਿਆ ਦੇ ਨੇੜੇ ਅੱਪੜ ਜਾਂਦਾ ਹੈ। ਦੂਸਰੀ ਗੱਲ ਇਹ ਹੈ ਕਿ ਸਾਨੂੰ ਹੁਣ ਇਹਨਾਂ ਦਿਨਾਂ ਦੇ ਵਿੱਚ ਮਾਪੇ ਕੀ ਕਰਨ, ਮਾਪੇ ਇਹਨਾਂ ਦਿਨਾਂ ਦੇ ਵਿੱਚ ਵਿਦਿਆਰਥੀਆਂ ਦਾ ਖਾਸ ਤੌਰ 'ਤੇ ਧਿਆਨ ਰੱਖਣ। ਇੱਕ ਡੇਢ ਮਹੀਨਾ ਪਹਿਲਾਂ ਜਾਂ ਜਦੋਂ ਹੁਣ ਐਗਜ਼ਾਮ ਦਾ ਜਿਹੜਾ ਸਮਾਂ ਬਚਿਆ ਹੈ ਇਸ ਸਮੇਂ ਦੇ ਦੌਰਾਨ ਅਤੇ ਐਗਜ਼ਾਮ ਚੱਲਣ ਦੇ ਦੌਰਾਨ ਜਿਹੜੇ ਮਾਤਾ ਪਿਤਾ ਹੈ ਅਤੇ ਉਹਨਾਂ ਬੱਚਿਆਂ ਦੇ ਜਿਹੜੇ ਅਧਿਆਪਕ ਹੈ ਉਹਨਾਂ ਦਾ ਪ੍ਰੋਪਰ, ਜਿਹੜੇ ਬੱਚੇ ਸਾਰੇ ਬੱਚੇ ਤਾਂ ਵੀਕ ਨਹੀਂ ਹੁੰਦੇ, ਪ੍ਰੋਪਰ ਜਿਹੜੇ ਬੱਚੇ ਜਿਹੜੇ ਵੀਕ ਹੈ ਉਹਨਾਂ ਦੀ ਕੇਸ ਹਿਸਟਰੀ ਤਿਆਰ ਕਰਕੇ, ਉਹਨਾਂ ਦਾ ਪਿਛੋਕੜ ਤਿਆਰ ਕਰਕੇ, ਉਹਨਾਂ ਨੂੰ ਘਰੇ ਵੀ ਸਹੀ ਸਮਾਂ ਉਪਲਬਧ ਕਰਾਉਣ ਅਤੇ ਸਕੂਲ ਦੇ ਵਿੱਚ ਵੀ ਇੱਕ ਅਜਿਹਾ ਸਹੀ ਸਮਾਂ ਜਿਹੜਾ ਉਹਨਾਂ ਵਾਸਤੇ ਸਿਰਜਣ, ਤਾਂ ਕਿ ਉਹ ਬੱਚੇ ਜਿਹੜੇ ਹੈ ਉਹ ਆਪਣੇ ਆਪ ਨੂੰ ਪ੍ਰੀਖਿਆਵਾਂ ਲਈ ਇੰਨੇ ਕੁ ਤਿਆਰ ਹੋ ਜਾਣ ਕਿ ਉਹ ਚੰਗੇ ਅੰਕ ਲੈ ਕੇ ਪਾਸ ਹੋ ਜਾਣ, ਉਹ ਇਸ ਤਰ੍ਹਾਂ ਦੀ ਸਥਿਤੀ 'ਚ ਨਾ ਪਹੁੰਚਣ ਕਿ ਉਹ ਆਤਮ ਹੱਤਿਆ ਕਰ ਲੈਣ। ਸੋ ਮੇਰਾ ਤਾਂ ਇਹੀ ਸੁਝਾਅ ਹੈ ਕਿ ਵੈਸੇ ਤਾਂ ਤਿਆਰੀ ਸ਼ੁਰੂ 'ਤੇ ਹੀ ਜਿਹੜੀ ਵਿਦਿਆਰਥੀ ਨੂੰ ਕਰਨੀ ਚਾਹੀਦੀ, ਪਰ ਚਲੋ ਜੋ ਵੀ ਹੁਣ ਸਮਾਂ ਜਿਹੜਾ ਬੀਤ ਗਿਆ ਉਹਨੂੰ ਤੁਸੀਂ ਵਾਪਸ ਨਹੀਂ ਲਿਆ ਸਕਦੇ, ਪਰ ਫਿਰ ਵੀ ਮਾਪਿਆਂ ਅਤੇ ਅਧਿਆਪਕ ਇਹਨਾਂ ਦੋਨਾਂ ਦਾ ਹੀ ਰਲ ਮਿਲ ਕੇ ਫਰਜ਼ ਬਣਦਾ ਕਿ ਉਹ ਵਿਦਿਆਰਥੀ ਨੂੰ ਜਦੋਂ ਉਹਨੂੰ ਦੇਖਦੇ ਆ ਕਿ ਉਹ ਬਹੁਤ ਚਿੰਤਤ ਹੈ ਐਗਜ਼ਾਮ ਨੂੰ ਲੈ ਕੇ, ਉਹਨੂੰ ਇਕੱਲੇ ਨਾ ਛੱਡਣ ਅਤੇ ਉਹਨੂੰ ਹੌਸਲਾ ਸਮੇਂ ਸਿਰ ਦੇਈ ਜਾਣ ਅਤੇ ਉਹਦੀ ਤਿਆਰੀ ਦੇ ਵਿੱਚ ਉਹਨੂੰ ਡਰਾਉਣ ਦੀ ਬਜਾਏ ਉਹਨੂੰ ਧਮਕਾਉਣ ਦੀ ਬਜਾਏ ਉਹਨੂੰ ਪੜ੍ਹਾਈ ਦੇ ਰਸਤੇ 'ਤੇ ਲਿਆਉਣ ਦਾ ਯਤਨ ਕਰਨ, ਨਾ ਕਿ ਉਹਨੂੰ ਹਟਾਉਣ ਦਾ ਯਤਨ ਕਰਨ। ਉਹ ਪਹਿਲਾਂ ਹੀ ਸਟ੍ਰੈਸ ਹੈ ਉਹਦੇ ਵਿੱਚ, ਉੱਤੇ ਹੋਰ ਵੀ ਜ਼ਿਆਦਾ ਮਾਨਸਿਕ ਤੌਰ 'ਤੇ ਜਿਹੜਾ ਬੋਝ ਨਾ ਪਾਇਆ ਜਾਵੇ ਤਾਂ ਬਹੁਤ ਬਿਹਤਰ ਗੱਲ। ਜਿਵੇਂ ਕਿ ਸਰ ਤੁਸੀਂ ਇਸ ਵਿਸ਼ੇ 'ਤੇ ਮਾਹਿਰ ਹੋ ਕੇ ਬੱਚਿਆਂ ਨੂੰ ਕਿਵੇਂ ਸ਼ਡਿਊਲ ਬਣਾਵੇ, ਕਿਵੇਂ ਉਹ ਆਪਣੀ ਸਟੱਡੀ ਨੂੰ ਅੱਗੇ ਕਰ ਸਕਣ, ਜਿਹੜੇ ਐਗਜ਼ਾਮ ਦੀ ਤਿਆਰੀ ਕਿਸ ਤਰ੍ਹਾਂ ਕਰ ਸਕਣ, ਉਹਦੇ ਵਿੱਚ ਇਹ ਉਹਨਾਂ ਦੇ ਜਿਵੇਂ ਕਈ ਬੱਚੇ ਟੈਨਸ਼ਨ ਲੈ ਜਾਂਦੇ ਖਾਣ ਪੀਣ ਵਿੱਚ, ਖਾਣਾ ਨਹੀਂ ਜਦੋਂ
ਅਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਜਿਹੜਾ ਕਾਰਜ ਹੈ ਉਹਨੂੰ ਸਹੀ ਤਰ੍ਹਾਂ ਨੇਪਰੇ ਚਾੜ੍ਹ ਸਕਦੇ ਹਾਂ, ਇਹ ਪਹਿਲੀ ਗੱਲ ਹੈ। ਦੂਸਰੀ ਗੱਲ, ਖਾਸ ਤੌਰ 'ਤੇ ਵੈਸੇ ਤਾਂ ਅਸੀਂ ਸਾਰਾ ਸਾਲ ਚਾਹੇ ਆਪਣੇ ਖਾਣ ਪੀਣ ਦੀ ਸ਼ੈਲੀ ਨੂੰ ਧਿਆਨ ਵਿੱਚ ਨਹੀਂ ਰੱਖਦੇ, ਸਾਨੂੰ ਹਮੇਸ਼ਾ ਹੀ ਰੱਖਣਾ ਚਾਹੀਦਾ ਕਿ ਸਾਨੂੰ ਕਿਸ ਤਰ੍ਹਾਂ ਦੀ ਡਾਇਟ ਲੈਣੀ ਚਾਹੀਦੀ ਸਾਰਿਆਂ ਨੂੰ, ਪਰ ਖਾਸ ਤੌਰ 'ਤੇ ਇਹਨਾਂ ਦਿਨਾਂ ਦੇ ਵਿੱਚ ਜਦੋਂ ਬੋਰਡ ਦੀਆਂ ਜਾਂ ਯੂਨੀਵਰਸਿਟੀ ਪੱਧਰ ਦੀਆਂ ਪ੍ਰੀਖਿਆਵਾਂ ਹੁੰਦੀਆਂ ਹਨ ਤਾਂ ਵਿਦਿਆਰਥੀਆਂ ਨੂੰ ਆਪਣੀ ਸਿਹਤ ਦਾ ਧਿਆਨ ਜਿਹੜਾ ਹੈ ਉਹ ਸਭ ਤੋਂ ਪਹਿਲਾਂ ਰੱਖਣਾ ਬਹੁਤ ਜ਼ਰੂਰੀ ਹੈ। ਜੇ ਵਿਦਿਆਰਥੀ ਸਿਹਤਮੰਦ ਹੈ ਤਾਂ ਹੀ ਉਹ ਆਪਣੇ ਜਿਹੜੇ ਹੈ ਪੜ੍ਹਾਈ ਦੇ ਪ੍ਰਤੀ ਜਿਹੜਾ ਹੈ ਉਹ ਦਿਲਚਸਪੀ ਦਿਖਾ ਸਕੇਗਾ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਸਰੀਰਕ ਸਿੱਖਿਆ ਦੇ ਵਿੱਚ ਵੀ, ਫਿਜ਼ੀਕਲ ਐਜੂਕੇਸ਼ਨ 'ਚ ਵੀ ਅਸੀਂ ਪੜ੍ਹਦੇ ਹਾਂ ਕਿ ਚੰਗੇ ਸਰੀਰ ਦੇ ਵਿੱਚ ਹੀ ਚੰਗੀ ਆਤਮਾ ਜਿਹੜੀ ਹੈ ਉਹ ਨਿਵਾਸ ਕਰਦੀ ਹੈ। ਚੰਗੀ ਆਤਮਾ ਤਾਂ ਹੀ ਨਿਵਾਸ ਕਰੇਗੀ ਜੇ ਸਰੀਰ ਚੰਗਾ ਹੋਊਗਾ, ਜੇ ਸਰੀਰ ਚੰਗਾ ਹੋਊਗਾ ਤਾਂ ਸਾਡਾ ਆਪਣੇ ਆਪ ਹੀ ਪੜ੍ਹਨ ਨੂੰ ਜਿਹੜਾ ਮਨ ਹੈ ਉਹ ਕਰੇਗਾ। ਅਤੇ ਵਿਦਿਆਰਥੀ ਕੀ ਕਰਦੇ ਆ ਇਹਨਾਂ ਦਿਨਾਂ ਦੇ ਵਿੱਚ, ਕਈ ਵਾਰ ਮੈਂ ਦੇਖਣ 'ਚ ਆਇਆ ਕਿ ਪ੍ਰੀਖਿਆਵਾਂ ਦੇ ਦੌਰਾਨ ਵੀ ਬਹੁਤ ਜ਼ਿਆਦਾ ਜਿਹੜਾ ਹੈ ਭਾਰੀ ਭੋਜਨ ਜਿਹੜਾ ਹੈ ਉਹ ਗ੍ਰਹਿਣ ਕਰਦੇ ਆ, ਉਹ ਬੜੀ ਗਲਤ ਗੱਲ ਹੈ। ਇਹਨਾਂ ਦਿਨਾਂ ਦੇ ਵਿੱਚ ਵਿਦਿਆਰਥੀ ਨੂੰ ਬਿਲਕੁਲ ਹਲਕਾ ਭੋਜਨ ਜਿਹੜਾ ਹੈ ਉਹ ਕਰਨਾ ਚਾਹੀਦਾ, ਕਿਉਂਕਿ ਭਾਰਾ ਭੋਜਨ ਤੁਹਾਨੂੰ ਪਤਾ ਹੀ ਹੈ ਸੁਸਤੀ ਅਤੇ ਨੀਂਦ ਆਉਣ ਦਾ ਕਾਰਨ ਬਣਦਾ ਹੈ, ਅਤੇ ਸੁਸਤੀ ਅਤੇ ਨੀਂਦ ਜਿਹੜੀ ਹੈ ਉਹ ਸਾਡੀ ਪੜ੍ਹਾਈ ਦੇ ਵਿੱਚ ਰੁਕਾਵਟ ਦਾ ਜਿਹੜਾ ਹੈ ਉਹ ਕਾਰਨ ਬਣਦੀ ਹੈ। ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਇਹੋ ਜਿਹੀ ਡਾਇਟ ਲੈਣੀ ਚਾਹੀਦੀ ਜਿਹੜੀ ਸਾਨੂੰ ਤਰੋ ਤਾਜ਼ਾ ਰੱਖੇ, ਜਿਸ ਦੇ ਵਿੱਚ ਅਸੀਂ ਹਰੀਆਂ ਸਬਜ਼ੀਆਂ, ਮੌਸਮੀ ਸਬਜ਼ੀਆਂ ਅਤੇ ਹੋਰ ਜਿਹੜੇ ਜੂਸ ਹੈ ਉਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ, ਅਤੇ ਹੋਰ ਬਹੁਤ ਸਾਰੇ ਜਿਹੜੇ ਆਪਣੇ ਡਰਾਈ ਫਰੂਟਸ ਵਗੈਰਾ ਹੈਗੇ ਹੈ ਉਹਨਾਂ ਦਾ ਪ੍ਰਯੋਗ ਕਰ ਸਕਦੇ ਹਾਂ। ਸਾਨੂੰ ਅਜਿਹੀਆਂ ਚੀਜ਼ਾਂ ਦਾ ਪ੍ਰਯੋਗ ਕਰਨਾ ਚਾਹੀਦਾ ਜਿਹੜੀਆਂ ਕਿ ਸਾਡੇ ਦਿਮਾਗ ਅਤੇ ਦਿਲ ਦੋਨਾਂ ਨੂੰ ਹੀ ਸਹੀ ਰੱਖਣ ਦੇ ਵਿੱਚ ਜਿਹੜੀਆਂ ਕਾਮਯਾਬ ਹੋਣ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਦਿਮਾਗ 'ਤੇ ਸਟ੍ਰੈੱਸ ਜਿਹੜਾ ਹੈ ਉਹ ਬਹੁਤ ਜ਼ਿਆਦਾ ਪੈਂਦਾ ਹੈ। ਦਿਮਾਗ 'ਤੇ ਸਟ੍ਰੈੱਸ ਪੈਣ ਦੀ ਦੇ ਨਾਲ ਵਿਦਿਆਰਥੀ ਜਿਹੜਾ ਹੈ ਉਹਦੇ ਦਿਲ 'ਤੇ ਵੀ ਮਾੜਾ ਅਸਰ ਪੈਂਦਾ ਹੈ, ਅਤੇ ਉੱਤੋਂ ਜੇ ਅਸੀਂ ਇਸ ਤਰ੍ਹਾਂ ਦਾ ਭਾਰਾ ਭੋਜਨ ਜਾਂ ਤਲੀਆਂ ਜਾਂ ਜਿਹੜੇ ਫਾਸਟ ਫੂਡ ਜੰਕ ਫੂਡ ਵਗੈਰਾ ਚੱਲ ਰਹੇ ਆ ਅੱਜ ਕੱਲ੍ਹ, ਪੱਛਮੀ ਖਾਣਾ, ਜੇ ਇਹ ਵੀ ਇਹਨਾਂ ਦਿਨਾਂ 'ਚ ਵਿਦਿਆਰਥੀ ਗ੍ਰਹਿਣ ਕਰਦਾ ਤਾਂ ਕਿਤੇ ਨਾ ਕਿਤੇ ਇਹ ਵੀ ਉਹਦੇ ਜਿਹੜਾ ਹੈ ਮਾਨਸਿਕ ਤਣਾਅ ਨੂੰ ਹੋਰ ਵਧਾਉਣ ਦਾ ਕਾਰਨ ਬਣਦਾ ਹੈ। ਮੰਨ ਲਓ ਜੇ ਇਹਨਾਂ ਨੂੰ ਖਾ ਕੇ ਵਿਦਿਆਰਥੀ ਉਹਨਾਂ ਦਿਨਾਂ ਦੇ ਵਿੱਚ ਬਿਮਾਰ ਪੈ ਜਾਂਦਾ ਹੈ, ਚਾਹੇ ਉਹ ਸਾਰਾ ਸਾਲ ਵੀ ਉਹਨੇ ਸਟੱਡੀ ਕੀਤੀ ਹੈ, ਇਹਦੇ ਵਿੱਚ ਇਹ ਮੈਟਰ ਨਹੀਂ ਹੈ ਕਿ ਉਹਨੇ ਹੁਣ ਸਟੱਡੀ ਕਰਨੀ ਹੈ ਜਾਂ ਸਾਰਾ ਪਹਿਲਾਂ ਦੀ ਕੀਤੀ ਹੋਈ ਹੈ, ਇਹਦੇ ਵਿੱਚ ਮੈਟਰ ਇਹ ਹਰ ਵਿਦਿਆਰਥੀ ਲਈ ਜ਼ਰੂਰੀ ਹੈ, ਹੁਸ਼ਿਆਰ ਵਾਸਤੇ ਵੀ ਜਿਹਨੇ ਸਾਰਾ ਸਾਲ ਤਿਆਰ ਕੀਤੀ ਹੈ, ਜਾਂ ਜਿਹਨਾਂ ਐਵਰੇਜ ਵਿਦਿਆਰਥੀ ਹੈ ਉਹਦੇ ਵਾਸਤੇ ਵੀ, ਜਿਹਨੇ ਹੁਣ ਇੱਕ ਡੇਢ ਮਹੀਨੇ ਦੇ ਵਿੱਚ ਇਗਜ਼ਾਮ ਦੀ ਤਿਆਰੀ ਕਰਨੀ ਹੈ, ਉਹਨੂੰ ਹੁਣ ਤੋਂ ਹੀ ਆਪਣੀ ਡਾਇਟ ਨੂੰ ਜਿਹੜਾ ਉਹ ਪ੍ਰੋਪਰ ਕਰਨਾ ਪਏਗਾ। ਜੇ ਉਹ ਆਪਣੀ ਡਾਇਟ ਨੂੰ ਪ੍ਰੋਪਰ ਰੱਖੇਗਾ, ਵਧੀਆ ਭੋਜਨ ਖਾਏਗਾ, ਤਾਂ ਇਸ ਗੱਲ ਦੀ ਗਰੰਟੀ ਹੈ ਕਿ ਉਹ ਪੇਪਰਾਂ ਦੇ ਵਿੱਚ ਬਿਮਾਰ ਨਹੀਂ ਪਏਗਾ, ਅਤੇ ਕੁਦਰਤੀ ਹੈ ਕਿ ਉਹ ਸਟ੍ਰੈੱਸ ਫਰੀ ਹੋ ਕੇ ਸਿਹਤਮੰਦ ਹੋ ਕੇ ਆਪਣੇ ਪੇਪਰ ਦੇਗਾ ਅਤੇ ਚੰਗੇ ਨੰਬਰ ਜਿਹੜੇ ਹੈ ਉਹਨੂੰ ਪ੍ਰਾਪਤ ਹੋ ਜਾਣਗੇ। ਸੋ ਇਹਨਾਂ ਦਿਨਾਂ ਦੇ ਵਿੱਚ ਖਾਸ ਤੌਰ 'ਤੇ ਜਿਹੜਾ ਹੈ ਉਹ ਬਿਲਕੁਲ ਪ੍ਰੋਪਰ ਡਾਇਟ ਜਿਹੜੀ ਲੈਣੀ ਹੈ ਉਹ ਬਹੁਤ ਜ਼ਰੂਰੀ। ਸਰ, ਇਸ ਦੇ ਨਾਲ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਇਹ ਕੁਝ ਅਜਿਹੀਆਂ ਚੀਜ਼ਾਂ, ਕੁਝ ਅਜਿਹਾ ਸਿਲੇਬਸ ਜਿਹੜਾ ਬੱਚੇ ਨੇ ਪਹਿਲਾਂ ਬਿਲਕੁਲ ਵੀ ਨਹੀਂ ਪੜ੍ਹਿਆ, ਇਹਨਾਂ ਦਿਨਾਂ ਵਿੱਚ ਜਾ ਕੇ ਉਹਨੂੰ ਉਸ ਬਾਰੇ ਪਤਾ ਲੱਗਾ ਤਾਂ ਉਸਨੂੰ ਟਰਾਈ ਕਰਨਾ ਚਾਹੀਦਾ ਉਹਨੂੰ ਉਹ ਵਾਲਾ ਸਿਲੇਬਸ? ਦੇਖੋ ਸਰ, ਕੋਈ ਵੀ ਵਿਦਿਆਰਥੀ ਅਜਿਹਾ ਨਹੀਂ ਹੈ ਕਿ ਉਸਨੇ ਕੁਝ ਵੀ ਸਾਰਾ ਸਾਲ ਨਾ ਪੜ੍ਹਿਆ ਹੋਵੇ। ਸਭ ਤੋਂ ਪਹਿਲੀ ਗੱਲ ਤਾਂ ਉਸਨੇ ਕੁਝ ਨਾ ਕੁਝ ਜਿਹੜਾ ਪੜ੍ਹਿਆ ਹੈ ਉਸ ਚੀਜ਼ ਨੂੰ ਪਹਿਲਾਂ ਉਹ ਸਭ ਤੋਂ ਪਹਿਲਾਂ ਪੜ੍ਹੇ, ਕਿਉਂਕਿ ਜਦੋਂ ਉਹ ਜਿਹੜੀ ਉਹਨੂੰ ਚੀਜ਼ ਪਹਿਲਾਂ ਤੋਂ ਆਉਂਦੀ ਹੈ, ਜਿਹਦਾ ਉਹਨੂੰ ਗਿਆਨ ਹੈ, ਜਿਹਦੇ ਬਾਰੇ ਉਸਨੇ ਸਾਰਾ ਸਾਲ ਕੁਝ ਨਾ ਕੁਝ ਪੜ੍ਹਿਆ ਹੈ, ਉਹ ਜੇ ਪੜ੍ਹੇਗਾ ਤਾਂ ਉਹਦੇ ਨਾਲ ਉਹਦਾ ਕੌਨਫੀਡੈਂਸ ਲੈਵਲ ਜਿਹੜਾ ਹੈ ਉਹ ਹਾਈ ਹੋ ਜਾਣਾ, ਉਹਦੇ ਅੰਦਰ ਇੱਕ ਜਿਹੜਾ ਆਤਮ ਵਿਸ਼ਵਾਸ ਜਿਹੜਾ ਹੈ ਉਹ ਜਾਗ ਜਾਏਗਾ ਕਿ ਹਾਂ ਮੈਂ ਇੰਨਾ ਨਲਾਇਕ ਨਹੀਂ ਹੈਗਾ, ਮੈਨੂੰ ਕੁਝ ਨਾ ਕੁਝ ਆਉਂਦਾ ਹੈ। ਸਭ ਤੋਂ ਪਹਿਲਾਂ ਤਾਂ ਉਹਨੂੰ ਉਹੀ ਸਿਲੇਬਸ ਜਿਹੜਾ ਹੈ ਪੜ੍ਹਨਾ ਚਾਹੀਦਾ ਜਿਹੜਾ ਉਹਨੇ ਪਹਿਲਾਂ ਤੋਂ ਹੀ ਯਾਦ ਕੀਤਾ ਹੋਇਆ। ਜਿਹੜਾ ਸਿਲੇਬਸ ਉਹਨੂੰ ਪਹਿਲਾਂ ਤੋਂ ਨਹੀਂ ਆਉਂਦਾ ਉਹਨੂੰ ਉਹ ਇਸ ਤੋਂ ਬਾਅਦ ਟਰਾਈ ਕਰੇ, ਨਵੀਆਂ ਚੀਜ਼ਾਂ ਹੋ ਸਕੇ ਬਹੁਤ ਜ਼ਿਆਦਾ ਨਵੀਆਂ ਚੀਜ਼ਾਂ ਜਿਹੜੀਆਂ ਬਿਲਕੁਲ ਹੀ ਉਹਨੇ ਟੱਚ ਨਹੀਂ ਕੀਤੀਆਂ, ਕੋਸ਼ਿਸ਼ ਕਰੇ ਕਿ ਉਹਨਾਂ ਨੂੰ ਨਵੇਂ ਪੇਪਰਾਂ ਦੇ ਇਗਜ਼ਾਮ ਦੇ ਦਿਨਾਂ ਦੇ ਵਿੱਚ ਤਾਂ ਬਿਲਕੁਲ ਵੀ ਉਹਨਾਂ ਨੂੰ ਟਰਾਈ ਕਰਨ ਦਾ ਜਿਹੜਾ ਯਤਨ ਨਾ ਕੀਤਾ ਜਾਵੇ, ਇਹਨਾਂ ਦਿਨਾਂ ਦੇ ਵਿੱਚ ਮੋਟੇ ਤੌਰ 'ਤੇ ਉਹਨੂੰ ਜਿਹੜਾ ਹੈ ਪੜ੍ਹ ਲਿਆ ਜਾਵੇ। ਕਈ ਵਾਰ ਆਪਾਂ ਦੇਖਦੇ ਹਾਂ ਕਿ ਕਿਤਾਬ ਦੇ ਵਿੱਚ ਬਹੁਤ ਤਿੰਨ ਤਿੰਨ ਚਾਰ ਚਾਰ ਪੇਜਾਂ ਦੇ ਵਿੱਚ ਜਿਹੜੀ ਗੱਲ ਹੈ ਉਹ ਛੋਟੀ ਗੱਲ ਵੀ ਬਹੁਤ ਤਿੰਨ ਚਾਰ ਸਫ਼ਿਆਂ ਦੇ ਵਿੱਚ ਲਿਖੀ ਹੁੰਦੀ ਹੈ। ਸਾਨੂੰ ਚਾਹੀਦਾ ਕਿ ਉਹ ਤਿੰਨ ਚਾਰ ਸਫ਼ਿਆਂ ਦੇ ਵਿੱਚ ਜਾਂ ਤਿੰਨ ਚਾਰ ਪੇਜਾਂ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਹੈ ਉਹਨੂੰ ਘਟਾ ਕੇ ਉਹਨੂੰ ਥੋੜ੍ਹੇ ਸ਼ਬਦਾਂ ਦੇ ਵਿੱਚ ਵਿਦਿਆਰਥੀ ਨੂੰ ਅਧਿਆਪਕ ਜਿਹੜਾ ਉਹਦਾ ਸੰਬੰਧਿਤ ਮਾਹਰ ਹੈ ਉਸ ਵਿਸ਼ੇ ਦਾ ਉਹ ਉਹਨੂੰ ਸਮਝਾਉਣ ਦਾ ਯਤਨ ਕਰੇ, ਜਾਂ ਫਿਰ ਮਾਤਾ ਪਿਤਾ ਵੀ ਆਪਣੇ ਵੱਲੋਂ ਬਣਦੀ ਜਿਹੜੀ ਸਹਾਇਤਾ ਉਹ ਵਿਦਿਆਰਥੀ ਨੂੰ ਦੇ ਕੇ ਉਹਨੂੰ ਉਸ ਗੱਲ ਦਾ ਸਮਝਾਉਣ ਦਾ ਉਹਨੂੰ ਯਤਨ ਕਰਨ, ਕਿਉਂਕਿ ਅੱਜ ਜਿਹੜਾ ਯੁੱਗ ਹੈ, ਅੱਜ ਵਿੱਦਿਆ ਦਾ ਪੜ੍ਹਾਈ ਦਾ ਯੁੱਗ ਹੈ, ਹਰ ਵਿਦਿਆਰਥੀ ਦਾ ਜਿਹੜਾ ਸਰਵਪੱਖੀ ਵਿਕਾਸ ਹੋਣਾ ਜ਼ਰੂਰੀ ਹੈ। ਸਰਵਪੱਖੀ ਵਿਕਾਸ ਵੀ ਤਾਂ ਹੀ ਹੋਊਗਾ ਜੇ ਆਪਾਂ ਪਹਿਲਾਂ ਪੜ੍ਹਾਂਗੇ, ਕਿਉਂਕਿ ਸਾਡਾ ਮੇਨ ਗੋਲ ਜਿਹੜਾ ਹੈ ਉਹ ਸਟੱਡੀ ਹੈ। ਸੋ ਮੇਰੀ ਤਾਂ ਇਹੀ ਵਿਦਿਆਰਥੀਆਂ ਨੂੰ ਅਪੀਲ ਹੈ ਕਿ ਉਹ ਨਵੀਆਂ ਚੀਜ਼ਾਂ ਨੂੰ ਜਿਹੜਾ ਹੈ ਬਿਲਕੁਲ ਜਿਹੜੀਆਂ ਨਵੀਆਂ ਚੀਜ਼ਾਂ ਹੈਗੀਆਂ ਉਹਨਾਂ ਨੂੰ ਕਿਰਪਾ ਕਰਕੇ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਟਰਾਈ ਨਾ ਕਰਨ, ਕਿਉਂਕਿ ਉਹ ਜ਼ਿਆਦਾ ਉਹਨਾਂ ਦਾ ਸਮਾਂ ਲੈਣਗੀਆਂ ਅਤੇ ਨਾਲ ਹੀ ਨਾਲ ਉਹਨਾਂ ਨੂੰ ਸਟ੍ਰੈੱਸ ਦਾ ਕਾਰਨ ਵੀ ਬਣਨਗੀਆਂ। ਜੋ ਉਹਨਾਂ ਨੂੰ ਪਹਿਲਾਂ ਤੋਂ ਆਉਂਦਾ ਪਹਿਲਾਂ ਉਹਨੂੰ ਰਿਵਾਈਜ਼ ਵਾਰ ਵਾਰ ਕਰਨ
ਇਹਨਾਂ ਵਿੱਚ ਡੇਲੀ ਦੀ ਰੂਟੀਨ ਬਾਰੇ ਇੱਕ ਵਾਰ ਤੁਸੀਂ ਦਰਸ਼ਕਾਂ ਨੂੰ ਸਾਰਿਆਂ ਨੂੰ ਇੱਕ ਵਾਰੀ ਦੱਸ ਦਿਓ ਵੀ ਕਿਵੇਂ ਜਿਹੜੇ ਸਟੂਡੈਂਟਸ ਹੈਗੇ ਆ ਡੇਲੀ ਦੀ ਰੂਟੀਨ ਉਹਨਾਂ ਦੀ ਇਹਨਾਂ ਦਿਨਾਂ ਵਿੱਚ ਕੀ ਹੋਣੀ ਚਾਹੀਦੀ ਹੈ? ਸਰ, ਡੇਲੀ ਦੀ ਰੂਟੀਨ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਵਿਦਿਆਰਥੀ ਨੂੰ ਹਰ ਰੋਜ਼ ਆਪਣਾ ਜਿਹੜਾ ਡੇਲੀ ਦਾ ਗੋਲ ਹੈ, ਕਿਉਂਕਿ ਸਮਾਂ ਘੱਟ ਹੈ, ਸਿਲੇਬਸ ਜ਼ਿਆਦਾ ਹੈ, ਇਸ ਇੱਕ ਮਹੀਨੇ ਜਾਂ ਡੇਢ ਮਹੀਨੇ ਦੇ ਵਿੱਚ ਜਾਂ 20-25 ਦਿਨਾਂ ਦੇ ਵਿੱਚ ਅਸੀਂ ਪੂਰੇ ਸਾਲ ਦਾ ਸਿਲੇਬਸ ਤਾਂ ਨਹੀਂ ਕਵਰ ਕਰ ਸਕਦੇ, ਪਰ ਇੰਨਾ ਜ਼ਰੂਰ ਹੈ ਕਿ ਵਿਦਿਆਰਥੀ ਨੂੰ ਹਰ ਰੋਜ਼ ਆਪਣਾ ਇੱਕ ਗੋਲ ਨਿਸ਼ਚਿਤ ਕਰਨਾ ਚਾਹੀਦਾ ਕਿ ਇੰਨੀ ਸਟੱਡੀ ਮੈਂ ਜੋ ਮਿੱਥਿਆ ਹੈ ਅੱਜ ਪੂਰੇ ਦਿਨ ਦੇ ਵਿੱਚ ਜਾਂ ਜੋ ਨਿਰਧਾਰਿਤ ਸਮਾਂ ਹੈ ਉਸ ਦੇ ਵਿੱਚ ਉਹਨੂੰ ਉਹ ਪੂਰੀ ਕਰਨੀ ਚਾਹੀਦੀ। ਉਹਨੂੰ ਇਹ ਨਹੀਂ ਕਰਨਾ ਚਾਹੀਦਾ ਕਿ ਜੋ ਅੱਜ ਨਿਸ਼ਚਿਤ ਕੀਤਾ ਉਹਦਾ ਥੋੜ੍ਹਾ ਪਾਰਟ ਜੇ ਰਹਿ ਗਿਆ ਤਾਂ ਮੈਂ ਕੱਲ੍ਹ ਪਰ ਛੱਡ ਦੂੰਗਾ, ਉਹ ਇਸ ਤਰ੍ਹਾਂ ਬਰਡਨ ਉਹਦਾ ਵੱਧਦਾ ਜਾਏ। ਉਹਨੂੰ ਜੋ ਅੱਜ ਨਿਸ਼ਚਿਤ ਕੀਤਾ ਹੈ, ਕਿਉਂਕਿ ਉਹ ਪਹਿਲਾਂ ਹੀ ਬਹੁਤ ਪਿੱਛੇ ਹੈ, ਜੇ ਉਹਨੂੰ ਜੋ ਕੁਛ ਵੀ ਉਹਨੇ ਨਿਸ਼ਚਿਤ ਕੀਤਾ ਹੈ ਉਹਨੂੰ ਉਹ ਪ੍ਰੋਪਰ ਟਾਈਮ 'ਤੇ ਜੋ ਉਹਨੇ ਫਿਕਸ ਕੀਤਾ ਹੈ ਵੀ ਅੱਜ ਮੈਂ ਇਹ ਕੰਮ ਕਰਨਾ ਹੈ, ਚਾਹੇ ਉਹ ਉਹਨੂੰ ਜਿੰਨਾ ਮਰਜ਼ੀ ਦੇਰ ਤੱਕ ਜਾਗਣਾ ਪਏ ਜਾਂ ਫਿਰ ਉਹਨੂੰ ਜਿੰਨੀ ਮਰਜ਼ੀ ਮਿਹਨਤ ਕਰਨੀ ਪਏ, ਜੋ ਉਹਨੇ ਗੋਲ ਨਿਸ਼ਚਿਤ ਕਰ ਲਿਆ ਕਿ ਅੱਜ ਦੇ ਦਿਨ ਦੇ ਵਿੱਚ ਮੈਂ ਇਹ ਕੰਮ ਕਰਨਾ ਹੈ, ਉਸਨੂੰ ਨੇਪਰੇ ਚਾੜਨਾ ਚਾਹੀਦਾ ਹੈ, ਤਾਂ ਹੀ ਉਹ ਪ੍ਰੀਖਿਆਵਾਂ ਦੇ ਵਿੱਚ ਜਿਹੜਾ ਹੈ ਕਾਮਯਾਬ ਹੋ ਸਕਦਾ ਹੈ। ਇਸ ਤੋਂ ਇਲਾਵਾ ਸਰ, ਮੈਂ ਤੁਹਾਡੇ ਨਾਲ ਇੱਕ ਹੋਰ ਵੀ ਗੱਲ ਕਰਨੀ ਸੀ ਕਿ ਵਿਦਿਆਰਥੀਆਂ ਨੂੰ ਕਿਤਾਬਾਂ ਦੇ ਵਿੱਚ ਦਿਲਚਸਪੀ। ਇੱਕ ਤਾਂ ਸਭ ਤੋਂ ਵੱਡੀ ਸਾਡੀ ਦੁੱਖ ਦੀ ਗੱਲ ਇਹ ਹੈ ਕਿ ਅੱਜ ਕੱਲ੍ਹ ਅਸੀਂ ਜਿਹੜੇ ਵਿਦਿਆਰਥੀ ਦੇਖਦੇ ਹਾਂ ਉਹ ਕੋਈ ਵੀ, ਆਪਾਂ ਅੱਗੇ ਜਦੋਂ ਪੜ੍ਹਦੇ ਹੁੰਦੇ ਸੀ ਜੇ ਕੋਈ ਡਿਕਸ਼ਨਰੀ 'ਚ ਵੀ ਸ਼ਬਦ ਲੱਭਣਾ ਇੱਕ, ਤਾਂ ਉਦੋਂ ਡਿਕਸ਼ਨਰੀ ਜਦੋਂ ਚੁੱਕਣੀ ਤਾਂ ਉਹਦੇ ਨਾਲ ਇੱਕ ਸ਼ਬਦ ਲੱਭਣ ਦੇ ਨਾਲ ਸਾਨੂੰ 10-15 ਸ਼ਬਦ ਹੋਰ ਨਾਲ ਦੇਖ ਕੇ ਗਿਆਨ ਹੋ ਜਾਂਦਾ। ਅੱਜ ਕੱਲ੍ਹ ਇੰਟਰਨੈਟ ਦਾ ਯੁੱਗ ਆ ਗਿਆ, ਵਿਦਿਆਰਥੀ ਵਰਗ ਹਰ ਚੀਜ਼ ਨੂੰ ਇੰਟਰਨੈਟ 'ਤੇ ਜਿਹੜਾ ਹੈ ਉਹ ਲੱਭਣਾ ਚਾਹੁੰਦਾ। ਸੋ ਮੇਰੀ ਇਹ ਵੀ ਗੁਜ਼ਾਰਿਸ਼ ਹੈ ਕਿ ਕਿਤਾਬਾਂ ਦੇ ਪ੍ਰਤੀ ਜਿਹੜੀ ਦਿਲਚਸਪੀ ਉਹ ਵਧਾਉਣੀ ਚਾਹੀਦੀ ਹੈ ਵਿਦਿਆਰਥੀਆਂ ਨੂੰ। ਕਿਤਾਬਾਂ ਤੋਂ ਵਿਦਿਆਰਥੀ ਵਰਗ ਸਾਡਾ ਦੂਰ ਹੁੰਦਾ ਜਾ ਰਿਹਾ ਅਤੇ ਹਰ ਚੀਜ਼ ਨੂੰ ਇੰਟਰਨੈਟ ਤੋਂ ਲੱਭਣ ਦਾ ਯਤਨ ਕਰਦਾ ਹੈ, ਉਹ ਬਹੁਤ ਜਿਹੜੀ ਹੈ ਗਲਤ ਗੱਲ ਹੈ। ਉਹਦੇ ਵਿੱਚ ਸਾਰਾ ਕੁਛ ਵੀ ਸਹੀ ਨਹੀਂ ਹੁੰਦਾ, ਜਿਹੜੀਆਂ ਕਿਤਾਬਾਂ ਹੁੰਦੀਆਂ ਹਨ ਉਹ ਬਹੁਤ ਹੀ ਪ੍ਰਮਾਣਿਕ ਹੁੰਦੀਆਂ ਹਨ, ਉਹਨਾਂ ਨੂੰ ਜਿਹੜਾ ਹੈ ਵਿਸ਼ੇਸ਼ ਜਿਹੜੇ ਪਬਲਿਸ਼ਰਸ ਹੈ ਉਹਨਾਂ ਦੁਆਰਾ ਬੜੇ ਹੀ ਧਿਆਨ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਸੁਚੱਜੇ ਤਰੀਕੇ ਦੇ ਨਾਲ ਛਪਾਉਣ ਦਾ ਯਤਨ ਕੀਤਾ ਜਾਂਦਾ। ਮੈਂ ਇੱਥੇ ਇਹ ਵੀ ਨਹੀਂ ਕਹਿ ਰਿਹਾ ਕਿ ਇੰਟਰਨੈਟ ਦੀ ਸਾਰੀ ਸਮੱਗਰੀ ਜਿਹੜੀ ਹੈ ਉਹ ਗਲਤ ਹੈ, ਉਹਦਾ ਸਾਨੂੰ ਉਪਯੋਗ ਸਹੀ ਤਰੀਕੇ ਨਾਲ ਕਰਨ ਦੀ ਲੋੜ ਹੈ। ਜਿਹੜੀ ਕਿ ਸਾਡੇ ਮਤਲਬ ਦੀ ਹੈ ਉਹਨੂੰ ਸਾਨੂੰ ਪ੍ਰਯੋਗ ਕਰਨਾ ਚਾਹੀਦਾ, ਜਿਹੜੀ ਸਾਡੇ ਮਤਲਬ ਦੀ ਨਹੀਂ ਹੈ ਉਹਨੂੰ ਸਾਨੂੰ ਛੱਡ ਦੇਣਾ ਚਾਹੀਦਾ। ਪਰ ਜਿੱਥੇ ਤੱਕ ਹੋ ਸਕੇ ਕਿਤਾਬਾਂ ਨਾਲ ਜਿਹੜਾ ਲਗਾਵ ਸਮਾਜ ਦਾ ਵੀ, ਸਾਰੇ ਸਮਾਜ ਦਾ ਵੀ ਅਤੇ ਵਿਦਿਆਰਥੀਆਂ ਦਾ ਵੀ ਜਿਹੜਾ ਘੱਟਦਾ ਜਾ ਰਿਹਾ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀ ਹਰ ਇੱਕ ਕੁਐਸਚਨ ਨੂੰ ਇੰਟਰਨੈਟ 'ਤੇ ਲੱਭਣ ਦੀ ਬਜਾਏ ਜ਼ਿਆਦਾਤਰ ਕਿਤਾਬਾਂ ਵਿੱਚੋਂ ਲੱਭਣ ਦਾ ਯਤਨ ਕਰਨ, ਤਾਂ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹ ਗਿਆਨ ਮਿਲ ਸਕੇ। ਤੁਹਾਡੇ ਕਹਿਣ ਦਾ ਮਤਲਬ ਇਹੀ ਹੈ ਕਿ ਬੱਚਿਆਂ ਨੂੰ ਇਹਨਾਂ ਦਿਨਾਂ ਵਿੱਚ ਆਲਸ ਤਿਆਗ ਕੇ ਪ੍ਰੋਪਰ ਤਰੀਕੇ ਨਾਲ ਆਪਣਾ ਸ਼ਡਿਊਲ ਜਿਹੜਾ ਬਣਾਇਆ ਹੋਇਆ, ਜਿਹੜਾ ਜਿੰਨਾ ਉਹਨਾਂ ਨੇ ਸੋਚਿਆ ਹੋਇਆ ਵੀ ਅੱਜ ਇੰਨਾ ਪੜ੍ਹਨਾ, ਉਹਨੂੰ ਪ੍ਰੋਪਰ ਤਰੀਕੇ ਨਾਲ ਪੜ੍ਹ ਕੇ ਉਹ ਜਿਹੜਾ ਉਹ ਪਲਾਨ ਹੈਗਾ ਉਹਨੂੰ ਉਹਦੇ ਵਿੱਚ ਹੁਣ ਵਿਘਨ ਨਹੀਂ ਪਾਉਣਾ ਚਾਹੀਦਾ, ਰੈਗੂਲਰ ਆਪਣੇ ਸਟੱਡੀ ਜਿਹੜੀ ਆ ਉਹ ਕਰਨੀ ਚਾਹੀਦੀ ਹੈ। ਸਰ, ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਸਟੂਡੀਓ 'ਤੇ ਆਉਣ ਦਾ। ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਬੱਚੇ ਤੁਹਾਡੀਆਂ ਇਹਨਾਂ ਗੱਲਾਂ ਤੋਂ ਬਹੁਤ ਕੁਛ ਸਿੱਖਣਗੇ ਅਤੇ ਆਪਣੀ ਤਿਆਰੀ ਤੁਹਾਡੇ ਅਕੋਰਡਿੰਗ ਜਿਵੇਂ ਤੁਸੀਂ ਕਹਿ ਰਹੇ ਹੋ ਉਹਦੇ ਅਕੋਰਡਿੰਗ ਕਰਕੇ ਤਾਂ ਬਹੁਤ ਬਿਲਕੁਲ। ਸਰ, ਬਸ ਕਲਾਸ ਜਾਂਦੇ ਜਾਂਦੇ ਕਹੂੰਗਾ ਕਿ ਵਿਦਿਆਰਥੀਆਂ ਨੂੰ ਮੇਨ ਗੱਲ ਇਹ ਹੈ ਕਿ ਘਬਰਾਉਣਾ ਨਹੀਂ ਬਿਲਕੁਲ ਵੀ, ਇਹਨਾਂ ਦਿਨਾਂ ਦੇ ਵਿੱਚ ਸਟ੍ਰੈਸ ਫਰੀ ਜਿਹੜਾ ਰਹਿਣਾ ਹੈ, ਕੂਲ ਮਾਇੰਡ ਰਹਿਣਾ ਹੈ ਅਤੇ ਬਿਲਕੁਲ ਪ੍ਰੀਖਿਆਵਾਂ ਠੀਕ ਹੈ, ਟੈਨਸ਼ਨ ਲੈਣੀ ਹੈ ਪ੍ਰੀਖਿਆਵਾਂ ਦੀ, ਪਰ ਇਸ ਤਰੀਕੇ ਨਾਲ ਨਹੀਂ ਕਿ ਟੈਨਸ਼ਨ ਜਾ ਕੇ ਜੋ ਸਾਨੂੰ ਆਉਂਦਾ ਹੈ ਉਹਨੂੰ ਅਸੀਂ ਭੁੱਲ ਜਾਈਏ। ਜਿਹੜੇ ਵਿਦਿਆਰਥੀ ਹੁਸ਼ਿਆਰ ਹੈ, ਸ਼ੁਰੂ ਤੋਂ ਸਿਲਸਿਲੇਵਾਰ ਤਰੀਕੇ ਨਾਲ ਬੜੀ ਪਲੈਨਿੰਗ ਦੇ ਨਾਲ ਤਿਆਰੀ ਕਰ ਰਹੇ ਹੈ, ਉਹਨਾਂ ਨੇ ਸ਼ੁਰੂ ਤੋਂ ਹੀ ਉੱਚੇ ਟਾਈਮ ਟੇਬਲ ਬਣਾਏ ਹੋਏ ਆ, ਉਹ ਵਿਦਿਆਰਥੀਆਂ ਨੂੰ ਵੀ ਮੇਰੀ ਇਹ ਗੁਜ਼ਾਰਿਸ਼ ਹੈ ਕਿ ਉਹ ਵੀ ਵਧੀਆ ਤਰੀਕੇ ਦੇ ਨਾਲ ਹੁਣ ਇਹਨਾਂ ਦਿਨਾਂ ਦੇ ਵਿੱਚ ਜੋ ਵੀ ਸਾਰੇ ਸਾਲ ਦਾ ਪੜ੍ਹਿਆ ਹੋਇਆ ਉਹਨੂੰ ਚੰਗੀ ਤਰ੍ਹਾਂ ਰਿਵਾਈਜ਼ ਕਰਨ, ਬੜੇ ਧਿਆਨ ਨਾਲ ਰਿਵਾਈਜ਼ ਕਰਨ, ਸਟੈਪ ਬਾਈ ਸਟੈਪ ਰਿਵਾਈਜ਼ ਕਰਨ, ਅਤੇ ਜਿਹੜੇ ਕਮਜ਼ੋਰ ਵਿਦਿਆਰਥੀ ਹੈ ਜਿਨ੍ਹਾਂ ਨੇ ਇੱਕ ਡੇਢ ਮਹੀਨੇ ਦੇ ਵਿੱਚ ਹੀ ਇਹਨਾਂ ਦੇ ਵਿੱਚ ਤਿਆਰੀ ਕਰਨੀ ਹੈ, ਜਿਨ੍ਹਾਂ ਦੀ ਬਹੁਤ ਥੋੜ੍ਹੀ ਬਹੁਤੀ ਜਾਂ ਘੱਟ ਤਿਆਰੀ ਹੈ, 50% ਜਾਂ ਉਹ ਤੋਂ ਘੱਟ ਤਿਆਰੀ ਹੈ, ਉਹਨਾਂ ਨੂੰ ਮੈਂ ਇਹੀ ਕਹਾਂਗਾ ਕਿ ਬਹੁਤੀਆਂ ਨਵੀਆਂ ਚੀਜ਼ਾਂ ਟਰਾਈ ਕਰਨ ਦੀ, ਜਿਵੇਂ ਕਿ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕਿਆ, ਨਵੀਆਂ ਚੀਜ਼ਾਂ ਟਰਾਈ ਕਰਨ ਦੀ ਬਜਾਏ ਉਹਨਾਂ ਨੂੰ ਹੀ ਰਿਵਾਈਜ਼ ਕਰਨ ਅਤੇ ਜੇ ਪ੍ਰੋਪਰ ਸਮਾਂ ਜਿਹੜਾ ਟਾਈਮ ਟੇਬਲ ਬਣਾਉਣ ਇਹਨਾਂ ਦਿਨਾਂ ਦੇ ਵਿੱਚ, ਤਾਂ ਉਹ ਵੀ ਚੰਗੇ ਨੰਕ ਲੈ ਕੇ ਜਿਹੜੇ ਪਾਸ ਹੋਦੇ ਆ, ਪਰ ਸਟ੍ਰੈਸ ਲਾਈਫ ਸਟ੍ਰੈਸ ਫਰੀ ਹੋ ਕੇ ਜਿਹੜਾ ਹੈ ਉਹਨਾਂ ਨੂੰ ਆਪਣਾ ਜਿਹੜੇ ਹੈ ਇਹ ਐਗਜ਼ਾਮ ਦੇਣੇ ਚਾਹੀਦੇ ਆ। ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਿਹੜੀਆਂ ਇਹ ਬੋਰਡ ਦੀਆਂ ਪ੍ਰੀਖਿਆਵਾਂ ਸ਼ੁਰੂ ਹੋਣ ਜਾ ਰਹੀਆਂ ਨੇ ਇੱਕ ਡੇਢ ਮਹੀਨੇ ਦੇ ਅੰਦਰ, ਉਹਨਾਂ ਲਈ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸ਼ੁਭੇਚਛਾਵਾਂ, ਅਤੇ ਸਾਰੇ ਵਿਦਿਆਰਥੀ ਜਿਹੜੇ ਹੈ ਉਹ ਇਸੇ ਤਰ੍ਹਾਂ ਵਧੀਆ ਪੜ੍ਹਨ, ਵਧੀਆ ਸਮਾਜ ਦੀ ਸਿਰਜਣਾ ਕਰਨ। ਧੰਨਵਾਦ। ਅਸੀਂ ਇਹੀ ਆਸ ਕਰਦੇ ਹਾਂ ਕਿ ਇਹਨਾਂ ਗੱਲਾਂ ਨੂੰ ਸੁਣ ਕੇ ਵਿਦਿਆਰਥੀ ਆਪਣੀ ਤਿਆਰੀ ਅੱਛੇ ਤਰੀਕੇ ਨਾਲ ਕਰਨਗੇ ਅਤੇ ਬਹੁਤ ਅੱਛੇ ਨੰਬਰ ਲੈ ਕੇ ਪਾਸ ਹੋਣਗੇ। ਤੁਹਾਡਾ ਸਾਡੇ ਸਟੂਡੀਓ 'ਤੇ ਆਉਣ 'ਤੇ ਸਰ ਬਹੁਤ ਬਹੁਤ ਧੰਨਵਾਦ।